ਲਗਭਗ ਪਿਛਲੇ 2 ਮਹੀਨੇ ਪਹਿਲਾਂ ਹੀ ਭਾਖੜਾ ਡੈਮ ਦੀ ਡਾਊਨ ਸਟ੍ਰੀਮ 'ਤੇ ਪਿੰਡ ਨਹਿਲਾ ਦੇ ਉੱਪਰ 15 ਮੈਗਾਵਾਟ ਦਾ ਸਤਲੁਜ ਦਰਿਆ ਦੇ ਉੱਪਰ ਫਲੋਟਿੰਗ ਸੋਲਰ ਸਿਸਟਮ ਜਿਹੜਾ ਹੈ ਲਗਾਇਆ ਜਾਣਾ ਸੀਗਾ, ਜਿਸ ਦੇ ਦੁਆਰਾ 15 ਮੈਗਾਵਾਟ ਜਿਹੜੀ ਹੈ ਬਿਜਲੀ ਬਣਾਉਣੀ ਸ਼ੁਰੂ ਕੀਤੀ ਜਾਣੀ ਸੀ। ਹਾਲਾਂਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੈਮੇਜ ਹੋ ਗਿਆ। ਡੈਮੇਜ ਹੋਣ ਦਾ ਜਿਹੜਾ ਕਾਰਨ ਹੈ ਹਾਲੇ ਤੱਕ ਕੋਈ ਵੀ ਅਧਿਕਾਰੀ ਜਿਹੜਾ ਹੈ ਕੈਮਰੇ ਅੱਗੇ ਨਹੀਂ ਬੋਲ ਰਿਹਾ ਕਿ ਜਿਹੜਾ ਹੈ ਇਹ ਪ੍ਰੋਜੈਕਟ ਜਿਹੜਾ ਐਡਾ ਬੜਾ ਨੁਕਸਾਨ ਹੋਇਆ, ਕਿਸ ਵਜ੍ਹਾ ਕਰਕੇ ਹੋਇਆ। ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਦਈਏ। ਪਿਛਲੇ ਲਗਭਗ 2 ਮਹੀਨੇ ਪਹਿਲਾਂ ਇਹ ਪ੍ਰੋਜੈਕਟ ਜਿਹੜਾ ਹੈ ਭਾਖੜਾ ਡੈਮ ਦੀ ਡਾਊਨ ਸਟ੍ਰੀਮ 'ਤੇ ਪਿੰਡ ਨਹਿਲੇ ਦੇ ਉੱਪਰ ਲਗਾਇਆ ਜਾਣਾ ਸੀਗਾ, ਜਿਸ ਦੇ ਉੱਪਰ ਤਕਰੀਬਨ 92 ਕਰੋੜ ਦੇ ਕਰੀਬ ਜਿਹੜੀ ਲਾਗਤ ਆਉਣੀ ਸੀਗੀ, ਤਾਂ 15 ਮੈਗਾਵਾਟ ਜਿਹੜੀ ਬਿਜਲੀ ਇਹ ਬਣਾਈ ਜਾਣੀ ਸੀ ਇਸ ਪ੍ਰੋਜੈਕਟ ਦੇ ਰਾਹੀਂ। ਤਾਂ ਇਸ ਪ੍ਰੋਜੈਕਟ ਦੇ ਲੱਗਣ ਤੋਂ ਪਹਿਲਾਂ ਹੀ ਜਿਹੜਾ ਇਹ ਡੈਮੇਜ ਹੋ ਗਿਆ। ਪਿਛਲੇ ਸ਼ੁੱਕਰਵਾਰ ਦੀ ਗੱਲ ਕੀਤੀ ਜਾਵੇ, 2-3 ਦਿਨ ਪਹਿਲਾਂ ਜਿਹੜਾ ਇਹ ਸ਼ਾਮ ਨੂੰ ਇਹ ਦੱਸਿਆ ਜਾ ਰਿਹਾ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੈਮਰੇ ਅੱਗੇ ਆ ਕੇ ਬੇਸ਼ੱਕ ਉਹਨਾਂ ਨੇ ਨਹੀਂ ਬੋਲਿਆ, ਪਰ ਆਫ ਦੀ ਰਿਕਾਰਡ ਉਹ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਪਾਣੀ ਦਾ ਲੈਵਲ BBMB ਵੱਲੋਂ ਛੱਡਿਆ ਜਾਣ ਕਰਕੇ ਜਿਹੜਾ ਇਸ ਨੂੰ ਜਿਹੜਾ ਹੈ ਕਾਫੀ ਨੁਕਸਾਨ ਪਹੁੰਚਿਆ, ਜਿਸ ਦੇ ਕਰਕੇ ਇਹ ਜਿਹੜਾ ਪ੍ਰੋਜੈਕਟ ਸਤਲੁਜ ਦਰਿਆ ਦੇ ਉੱਪਰ ਲਗਾਇਆ ਗਿਆ ਸੀਗਾ, ਇਹ ਪਾਣੀ ਦੇ ਬਹਾਅ ਨਾਲ ਆਪਣੇ ਸਪੋਰਟ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ 'ਤੇ ਆ ਕੇ ਇਸ ਜਗ੍ਹਾ 'ਤੇ ਆ ਕੇ ਫਸ ਗਿਆ। ਹਾਲਾਂਕਿ ਇਹ ਸਿਰਫ ਇੱਕੋ ਹੀ ਸਪੋਰਟ ਹੈ ਜਿਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਇਹ ਪਾਣੀ ਦੇ ਬਹਾਅ ਨਾਲ ਇਹ ਇਸ ਤਰ੍ਹਾਂ ਜਿਹੜਾ ਹੈ ਪ੍ਰੋਜੈਕਟ ਸਾਰਾ ਹੜ ਕੇ ਇੱਥੇ ਇਸ ਜਗ੍ਹਾ 'ਤੇ ਆ ਕੇ ਰੁਕ ਗਿਆ ਹੈ। ਪਰ ਸਤਲੁਜ ਦੇ ਜੇਕਰ ਹੋਰ ਕਿਨਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਬਾਕੀ ਕਿਨਾਰਿਆਂ ਦੇ ਉੱਪਰ ਵੀ ਇਸੇ ਤਰ੍ਹਾਂ ਜਿਹੜੀਆਂ ਸੋਲਰ ਸਿਸਟਮ ਜਿਹੜੀਆਂ ਪਲੇਟਾਂ ਹੈ ਉਹ ਅਲੱਗ ਅਲੱਗ ਜਗ੍ਹਾ ਦੇ ਉੱਪਰ ਪਈਆਂ ਹੈ। ਪਿਛਲੇ ਤਕਰੀਬਨ 3 ਦਿਨਾਂ ਤੋਂ ਲਗਾਤਾਰ ਕੰਪਨੀ ਦੇ ਅਧਿਕਾਰੀ ਇਸ ਸਤਲੁਜ ਦਰਿਆ ਦੇ ਵਿੱਚ ਜਿਹੜੀਆਂ ਪਲੇਟਾਂ ਜਿਹੜੀਆਂ ਹੈ ਪਾਣੀ ਦੇ ਬਹਾਅ ਨਾਲ ਹੜ ਕੇ ਆ ਗਏ ਸਨ, ਉਹ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਹਨ। ਪਰ ਇਹਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਜਿਹੜਾ ਇਹ ਪ੍ਰੋਜੈਕਟ ਜਿਹੜਾ ਲੱਗਣ ਤੋਂ ਪਹਿਲਾਂ ਹੀ ਡੈਮੇਜ ਹੋ ਗਿਆ, ਉਸਦਾ ਕਾਰਨ ਕੀ ਹੈ। ਨਾ ਤਾਂ ਇਸ ਦੇ ਕੈਮਰੇ ਦੇ ਅੱਗੇ ਆ ਕੇ ਨਾ ਤਾਂ ਇਹਨਾਂ ਦਾ ਅਧਿਕਾਰੀ ਹੈ ਜਿਹੜਾ ਉਹ ਬੋਲਣ ਲਈ ਤਿਆਰ ਹੈ, ਨਾ ਤਾਂ ਕੋਈ BBMB ਦਾ ਅਧਿਕਾਰੀ ਇਸ ਦੇ ਵਜ੍ਹਾ ਕਰਕੇ ਬੋਲਣ ਲਈ ਤਿਆਰ ਹੈ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਭਾਖੜਾ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਸੀਗਾ, 15,000 ਕਿਊਸਿਕ ਜਿਹੜਾ ਪਾਣੀ ਛੱਡਿਆ ਗਿਆ ਸੀਗਾ, ਉਸ ਦੇ ਕਾਰਨ ਹੀ ਜਿਹੜਾ ਹੈ ਇਹ ਪ੍ਰੋਜੈਕਟ ਹੜ ਕੇ ਇਸ ਜਗ੍ਹਾ 'ਤੇ ਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ BBMB ਜਾਂ ਫਿਰ SJVN ਕੰਪਨੀ ਵੱਲੋਂ ਜਿਹੜਾ ਇਹ ਪ੍ਰੋਜੈਕਟ ਸੋਲਰ ਸਿਸਟਮ ਜਿਹੜਾ ਸਤਲੁਜ ਦਰਿਆ ਦੇ ਉੱਪਰ ਲਗਾਇਆ ਜਾਣਾ ਸੀਗਾ, ਇਸ ਦੇ ਕਿਆ ਕਾਰਨ ਹੈ ਕਿ ਜਿਹੜਾ ਇਸ ਦੇ ਜਿਹੜਾ ਹੈ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਪ੍ਰੋਜੈਕਟ ਇਹ ਡੈਮੇਜ ਹੋ ਗਿਆ। ਇਹ ਅੱਜ ਤੋਂ 2-3 ਦਿਨ ਪਹਿਲਾਂ ਇਹ ਮਤਲਬ ਪਾਣੀ ਦੇ ਵਿੱਚ ਰੁੜ ਕੇ ਆ ਗਿਆ, ਫਲੋਟਿੰਗ ਸਿਸਟਮ ਤੋਂ ਅਸੀਂ ਮਤਲਬ ਇੱਥੇ ਦੇਖਿਆ ਜਦੋਂ ਥੋੜ੍ਹਾ ਚਿਰ ਬਾਅਦ ਇਹਨਾਂ ਦੀ ਹਬੜੀ ਦਬੜੀ ਮੱਚੀ ਹੋਈ ਸੀ ਕੰਪਨੀ ਵਾਲਿਆਂ ਦੀ, ਇਹਨਾਂ ਨੇ ਇੱਥੇ ਆ ਕੇ ਰੋਕ ਲਿਆ ਅਤੇ ਰਾਤ 3 ਦਿਨ ਹੋ ਗਿਆ ਜੀ, 3 ਦਿਨ ਮਤਲਬ ਸਾਰਾ ਜਿਹੜਾ ਪਲਾਂਟ 'ਚ ਪਿਆ 3 ਦਿਨ ਹੋ ਗਏ ਸਾਂਭਦਿਆਂ ਨੂੰ। ਨੁਕਸਾਨ ਬਹੁਤ ਆ ਜੀ, ਗੌਰਮੈਂਟ ਦਾ ਨੁਕਸਾਨ ਬਹੁਤ ਹੋ ਗਿਆ ਇਹ 'ਚ। ਵੱਡਾ ਪ੍ਰੋਜੈਕਟ ਜੀ ਉਹ ਘਟਣ ਪਹਿਲਾਂ ਹੋ ਗਿਆ, ਅਜੇ ਤਾਂ ਇਹਨਾਂ ਨੇ ਸੂਰਿਆ ਤੋਂ ਮਤਲਬ ਕਰਕੇ ਉਹ ਤੋਂ ਬਾਅਦ ਤਾਂ ਮਈ 'ਚ ਇਹਨਾਂ ਨੇ ਦੱਸਣ ਅਨੁਸਾਰ ਮਈ ਦੇ ਵਿੱਚ ਮਤਲਬ ਉਦਘਾਟਨ ਕਰਨਾ, ਸ਼ੁਰੂਆਤ ਕਰਨੀ ਸੀ, ਪਹਿਲੀ ਉਦਘਾਟਨ ਕਰਕੇ ਇਹਨਾਂ ਨੇ ਪਾਣੀ ਛੱਡਤਾ। ਭਾਅ ਜੀ ਨੱਠਦੇ ਪਈ ਆ ਵੀ ਹੁਣ ਇਹਨੂੰ ਫਟਾਫਟ ਸਾਂਭਦੇ ਨੇ, ਇਹ ਦੇਖਦੇ ਨੇ ਕੰਟਰੋਲ 'ਚ ਲੱਗ ਰਹੇ ਨੇ, 250 ਬੰਦਾ ਲੱਗਾ ਹੋਇਆ ਇਹਨਾਂ ਦਾ ਕੰਪਨੀ ਵਾਲਾ। ਗੁਰਦੁਆਰੇ ਨਹੀਂ, ਉੱਥੋਂ ਕੱਲ੍ਹ ਦੇ ਰਾੜਾ ਸਾਹਿਬ ਬੈਠੇ ਨੇ ਪਰਸੋਂ ਦੇ। ਹਾਂਜੀ ਇੱਥੇ ਪਏ ਸੀ ਇਹਨਾਂ ਦੇ ਬੰਦੇ, ਕਹਿੰਦੇ ਸੀ ਲੇਬਰ ਵਾਲੇ ਨੇ, ਉਹ ਕਹਿੰਦੇ ਕਿ ਵੀ ਮਤਲਬ ਇਹ 92-93 ਲੱਖ ਦਾ ਨੁਕਸਾਨ ਲਗਭਗ ਹੋ ਗਿਆ, ਹਾਂ 3 ਕਰੋੜ ਦਾ, ਅਤੇ ਮਤਲਬ ਬਹੁਤ ਭਾਰੀ ਖਰਚਾ, ਬਹੁਤ ਜ਼ਿਆਦਾ ਹੋ ਗਿਆ ਜੀ। ਹੁਣ ਦੇਖੋ ਮਤਲਬ ਪਬਲਿਕ 'ਤੇ ਹੀ ਹੈ ਨਾ, ਜੇ ਸੋਚਿਆ ਪਬਲਿਕ ਦੀ ਹੈ ਸਾਰਾ ਪੈਸਾ ਇਹ। ਹੁਣ ਤਾਂ ਇਹੀ ਹੈ ਜੀ ਵੀ ਇਹਨਾਂ ਦੀ ਮਤਲਬ ਸਟਾਫ ਉੱਥੋਂ ਮਤਲਬ ਪੂਰੀ ਮੈਨੇਜਮੈਂਟ ਹੋਈ ਨਹੀਂ, ਮੈਨੇਜਮੈਂਟ ਨਾ ਹੋਣ ਕਰਕੇ ਮਤਲਬ ਇਹਨਾਂ ਨੇ ਪਾਣੀ ਪਹਿਲਾਂ ਛੱਡਤਾ ਇਹਨਾਂ ਦੇ ਦੱਸਣ ਅਨੁਸਾਰ, ਅਤੇ ਉਹ ਤੋਂ ਬਾਅਦ ਮਤਲਬ ਜ਼ਿਆਦਾ ਪਾਣੀ ਦੀ ਸਪੀਡ।